ਮਾਦਾ ਕੋਝਾ ਜੇ ਪੁੱਤਰ ਹੋਵੇ ਨਾ ਤੇ ਰੋਜ਼ ਨੂੰ ਕਹਿੰਦੀ ਤੇਰੇ ਵਰਗਾ ਸੋਹਣਾ ਦੁਨੀਆ ਤੇ ਕੋਈ ਮੇਰੀ ਮਾਂ ਡੇਲੀ ਮੈਨੂੰ ਉੱਠ ਕੇ ਇਹੋ ਪੁੱਛਦੀ ਸੀ ਤੈਨੂੰ ਫਿਲਮ 'ਚ ਕੋਈ ਨਹੀਂ ਲੈਂਦਾ ਮੈਂ ਕਿਹਾ ਅੰਮੀ ਮੇਰੇ ਤੋਂ ਮੈਂ ਸੋਹਣਾ ਨਹੀਂ ਕਈ ਸੋਹਣੇ ਜਿਹਨਾਂ ਨੂੰ ਵੇਖ ਕੇ ਰੂਹ ਖੁਸ਼ ਹੋ ਜਾਂਦੀ ਉਹ ਨੇ ਅੰਮੀ ਫਿਰ ਕੁਝ ਦੋ ਚਾਰ ਦਿਨ ਬਾਅਦ ਫਿਰ ਅੰਮੀ ਨੂੰ ਅਕਸਰ ਮਿਲ ਤੈਨੂੰ ਹੀਰੋ ਕੋਈ ਨਹੀਂ ਲੈਂਦਾ ਮਾਂ ਦੀ ਐਸੀ ਗੱਲ ਹੁੰਦੀ ਹੈ ਕਿ ਕਹਿੰਦੀ ਰਹੀ ਕਹਿੰਦੀ ਰਹੀ ਕੋਈ ਦੋ ਤਿੰਨ ਸਾਲ ਗੁਜ਼ਰ ਗਏ ਮੈਂ ਫਿਲਮਾਂ 'ਚ ਗਾਣੇ ਗਾਉਣ ਲੱਗ ਪਿਆ ਮੈਂ ਕਿਹਾ ਅੰਮੀ ਤੇਰਾ ਤੇਰੀ ਦੁਆ ਕਬੂਲ ਹੋ ਗਈ ਮੈਂ ਫਿਲਮਾਂ 'ਚ ਗਾਣੇ ਨਹੀਂ ਤੈਨੂੰ ਹੀਰੋ ਕੋਈ ਨਹੀਂ ਲੈਂਦਾ ਮੈਂ ਕਿਹਾ ਨਹੀਂ ਅੰਮੀ ਮੈਂ ਹੀਰੋ ਨਹੀਂ ਆ ਸਕਦਾ ਅੱਛਾ ਫਿਰ ਚੁੱਪ ਕਰ ਜਾਣਾ ਅਤੇ ਮਿੱਠੀ ਮੁਸਕਰਾਹਟ ਮਾਂ ਦੀ ਬੜੀ ਪਿਆਰੀ ਲੱਗਦੀ ਜਿਹੜੀ ਮਿੱਠੀ ਜੀ ਮੁਸਕਰਾਉਂਦੀ ਹੁਣ ਪਤਾ ਹੁੰਦਾ ਮੇਰਾ ਨਿੱਕਾ ਜਿਹਾ ਉਹ ਵੱਡਾ ਨਹੀਂ ਸਮਝਦਾ ਫਿਰ ਇੱਕ ਦਿਨ ਆਇਆ ਕਿ ਜ਼ਹੂਰ ਹੁਸੈਨ ਗਿਲਾਨੀ ਸਾਹਿਬ ਮੇਰੇ ਮੋਸਨ ਨੇ ਫਿਲਮ ਇੰਡਸਟਰੀ 'ਚ ਉਹਨਾਂ ਨੇ ਮੈਨੂੰ ਇੱਕ ਫਿਲਮ 'ਚ ਹੀਰੋ ਕਾਸਟ ਕੀਤਾ ਅਤੇ ਮੈਂ ਕਿਹਾ ਇੱਕ ਮਿੰਟ ਠਹਿਰਨਾ ਮੈਨੂੰ ਫੋਨ ਕਰਨਾ ਫਿਰ ਮੈਂ ਫੋਨ 'ਤੇ ਗੱਲ ਨਹੀਂ ਕੀਤੀ ਮੇਰੀ ਮਾਂ ਨੇ ਮੇਰੀਆਂ ਸਾਹਾਂ ਰੋਂਦਿਆਂ ਸੁਣੀ ਅਤੇ ਕਹਿੰਦੀ ਆਰਫੀ ਕੀ ਹੈ ਸੋਰੀ ਕਹਿੰਦੀ ਕੀ ਹੋਇਆ ਮੈਂ ਕਿਹਾ ਅੰਮੀ ਤੇਰੀ ਦੁਆ ਕਬੂਲ ਹੋ ਗਈ ਕੈਮਰੇ ਜਿਹੜੇ ਇੱਥੇ ਸਨ ਉਹ ਇੱਥੇ ਆ ਗਏ ਨੇ ਹਾਏ ਮੈਂ ਹੀਰੋ ਬਣਾਤਾ ਫਿਰ ਮੈਂ 46 ਫਿਲਮਾਂ 'ਚ ਕੰਮ ਕੀਤਾ ਔਰ ਕਿਤੇ ਮੁਆਵਨ ਅਦਾਕਾਰ ਕਿਤੇ ਟਾਈਟਲ ਰੋਲ ਸਭ ਮੇਰੀ ਮਾਂ ਦੀ ਦੁਆ ਸੀ ਔਰ ਕੱਤੀ ਤੌਰ 'ਤੇ ਮੈਂ ਕਦੀ ਹੀਰੋ ਬਣ ਕੇ ਘਰੋਂ ਨਹੀਂ ਸੀ ਨਿਕਲਿਆ ਔਰ ਨਾ ਅੱਜ ਤੱਕ ਨਿਕਲਣਾ ਉਹ ਕਮਲੇ ਰਮਲੇ ਨੂੰ ਭਾਗ ਲਾ ਦਿੰਦਾ ਸੀ ਮੇਰੀ ਮਾਂ ਹੁਣ ਵੀ ਬੈਠੀ ਦੁਆ ਐਸੀ ਕਰਦੀ ਮੈਨੂੰ ਰੁਆ ਕੇ ਰੱਖ ਦਿੰਦੀ ਤੂੰ ਜਿੱਥੇ ਚੱਲੇ ਆ ਉਹਨਾਂ ਦੀ ਖੈਰ ਉਸ ਜ਼ਮੀਨ ਦੀ ਖੈਰ ਉਹਨਾਂ ਲੋਕਾਂ ਦੀ ਖੈਰ ਅੱਲਾ ਉਹਨਾਂ ਦੀਆਂ ਮਾਵਾਂ ਦੀ ਖੈਰ ਉਹ ਰੁਆ ਦਿੰਦੀ ਮੈਨੂੰ ਢਿੱਲੀ ਜਦੋਂ ਇਹ ਗੱਲ ਕਰਦੀ ਉਹਨੂੰ ਨਜ਼ਰ ਅਜੇ ਕੁਛ ਨਹੀਂ ਆਉਂਦਾ ਮੈਂ I can understand even everybody काश ये हमारी पूरी कौम इस चीज़ की कदर करे कि माँ कितनी बड़ी चीज़ है और माँ की कदर जिस तरह से आप लोग करते हैं आप लोग के पैरों के सदके हम सब सीखें हमें एहसास हो कि माँ है तो हम हैं और माँ की इज्जत वाकई माँ की भूल हम माँ के पैरों पड़े रहें मर जाएं काश मेरियाँ अक्खां फैल जाती हैं मेरी माँ ਛੁੱਟੀ ਮੁੱਟੀ ਕਹਿ ਦਿੰਦੀ ਮੈਂ ਤੇਰਾ ਪ੍ਰੋਗਰਾਮ ਦੇਖਿਆ ਸੀ ਮੈਂ ਉਹਦਾ ਅਹਿਸਾਨ ਮੰਨਦਾ ਉਹਨੇ ਮੈਨੂੰ ਪੈਦਾ ਕੀਤਾ ਕੁਦਰਤ ਜਿਸ ਤਰ੍ਹਾਂ ਦਾ ਉਹ ਸ਼ੁਕਰ ਅਦਾ ਕਰਦੀ ਨਾ ਜਦੋਂ ਮੈਂ ਹੈਰਾਨ ਹੋ ਜਾਂਦਾ ਹਰ ਕਦਮ 'ਤੇ ਸ਼ੁਕਰ ਅਦਾ ਕਰਦੀ ਅੱਲਾ ਤੇਰਾ ਸ਼ੁਕਰ ਹੈ ਅੱਲਾ ਤੇਰਾ ਸ਼ੁਕਰ ਹੈ ਮੈਂ ਬਿਲਕੁਲ ਠੀਕ ਹਾਂ ਮੈਂ ਬਿਲਕੁਲ ਠੀਕ ਹਾਂ ਇੱਕ ਹਾਦਸੇ 'ਚ ਅੱਖਾਂ ਉਹਨਾਂ ਦੀਆਂ ਜਾ ਚੁੱਕੀਆਂ ਨੇ ਤੋ ਅੱਜ ਮੈਂ ਜਦੋਂ ਉਹਦੇ ਹੱਥ ਚੁੰਮਣਾ ਮੈਨੂੰ ਉਹ ਦੁਆ ਇਸ ਤਰ੍ਹਾਂ ਦੀ ਦਿੰਦੀ ਕਿ ਮੈਂ ਜਜ਼ਬਾਤੀ ਜੋ ਮੇਰੇ ਕੋਲ ਕੁਛ ਨਹੀਂ ਹੈ ਸਿਰਫ ਮਾਂ ਬਾਪ ਦੀ ਦੁਆ ਉਹ ਮੇਰੀ ਮਾਂ ਮਸਕੀਨ ਦੁਆ ਕਰਦੀ ਉਹਨਾਂ ਦੀ ਖੈਰ ਜਿੱਥੇ ਤੂੰ ਚੱਲੇ ਉਸ ਮੁਲਕ ਦੀ ਖੈਰ ਉਸ ਧਰਤੀ ਦੀ ਖੈਰ ਰੱਬ ਸਾਰੇ ਰਿਸ਼ਤੇ ਜਿਹੜੇ ਨੇ ਉਹ ਸਾਰੇ ਅਜ਼ੀਮ ਰਿਸ਼ਤੇ ਹੈ ਮਾਂ ਬਾਪ ਜੈਸਾ ਰਿਸ਼ਤਾ ਦੁਨੀਆ 'ਤੇ ਕੋਈ ਨਹੀਂ ਮੈਂ ਕੁਝ ਨਹੀਂ ਹੈਗਾ ਔਰ ਕੋਈ ਵੀ ਕੁਝ ਨਹੀਂ ਹੁੰਦਾ ਜਦੋਂ ਨਸੀਬ ਉਦੋਂ ਹੀ ਜਾਗਦੇ ਨੇ ਜਦੋਂ ਪਿੱਛੇ ਦੁਆ ਕਰਨਾ ਕੋਈ ਸ਼ੱਕ ਨਹੀਂ।